ਸਵਾਗਤ ਆ ਕਿਸਾਨ ਵੀਰੋ ਤੁਹਾਡਾ ਸਿੱਧੂ ਡੇਅਰੀ ਫਾਰਮ ਕਲਾਲਾ ਦੇ ਵਿੱਚ। ਜਿਹੜੇ ਮੇਰੇ ਵੀਰ ਆਪਣੀ ਵੀਡੀਓ ਨੂੰ ਪਹਿਲੀ ਵਾਰ ਦੇਖ ਰਹੇ ਨੇ ਉਹਨਾਂ ਨੂੰ ਰਿਕੁਐਸਟ ਆ ਕਿ ਆਪਣਾ ਚੈਨਲ ਸਬਸਕ੍ਰਾਈਬ ਕਰ ਲਿਓ ਅਤੇ ਨਾਲ ਲੱਗਿਆ ਬੈੱਲ ਆਈਕਨ ਦਾ ਬਟਨ ਪ੍ਰੈਸ ਕਰ ਦਿਓ ਤਾਂ ਕਿ ਹਰ ਨਵੀਂ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਨੂੰ ਮਿਲ ਸਕੇ। ਕਿਸਾਨ ਵੀਰੋ ਅੱਜ ਆਪਾਂ 21 ਤਰੀਕ ਨੂੰ ਵੀਡੀਓ ਕਵਰ ਕਰ ਰਹੇ ਹਾਂ ਆਪਣੇ ਫਾਰਮ ਤੋਂ ਪਿੰਡ ਕਲਾਲਾ ਜ਼ਿਲ੍ਹਾ ਬਰਨਾਲਾ ਸਿੱਧੂ ਡੇਅਰੀ ਫਾਰਮ ਕਲਾਲਾ 21 ਤਰੀਕ 10ਵਾਂ ਮਹੀਨਾ 2023। ਬੱਸੀ ਜਿਹੜੀ ਤੁਸੀਂ ਸਕਰੀਨ 'ਤੇ ਦੇਖ ਰਹੇ ਹੋ 4 ਕੁ ਘੰਟੇ ਪਹਿਲਾਂ ਸੂਈ ਆ, ਜੇਰ ਇਹਦੀ ਪ੍ਰੋਪਰ ਪੈ ਚੁੱਕੀ ਹੈ, ਦੇਖ ਸਕਦੇ ਹੋ ਜੇਰ ਪ੍ਰੋਪਰ ਪੈ ਚੁੱਕੀ ਆ। ਬਹੁਤ ਮੇਨ ਕੰਮ ਹੁੰਦਾ ਜੇਰ ਦਾ, ਜੇਰ ਸਾਰੀ ਸੁੱਟਤੀ ਇਹਨੇ, ਆਪਣੇ ਕੋਲ ਵੀਡੀਓ ਵੀ ਬਣਾਈ ਵੀ ਆ, ਮਗਰ ਮੇਲ ਕਾਫ ਹੈ ਇਹਦੇ। ਜਿਹੜਾ ਪਹਿਲੇ ਸੂਈ ਦਾ ਰਿਕਾਰਡ ਆ ਉਹ 28-29 ਕਿਲੋ ਦਾ ਰਿਕਾਰਡ ਹੈ ਇਹਦਾ, ਮਾਲਕਾਂ ਨੇ ਦੱਸਣ ਮੁਤਾਬਕ ਜਿੱਥੋਂ ਆਪਾਂ ਫਾਰਮ 'ਚੋਂ ਲਈ ਆ 28-29 ਕਿਲੋ ਦਾ ਖੁੱਲ੍ਹਾ ਦੁੱਧ ਚੋਇਆ ਗਾ। ਥਣ ਬਹੁਤ ਸੋਹਣਾ ਲੱਗਿਆ ਹੋਇਆ, ਹੱਥਾਂ ਦੀ ਚਵਾਈ ਵਾਲਾ ਵੀ ਸੋਹਣਾ ਥਣ ਆ, ਇਕੱਲਾ ਇਕੱਲਾ ਨਿਖੜਵਾਂ ਦੇ ਸਕਦੇ ਹੋ ਤੁਸੀਂ, ਚੋ ਚਾਹੇ ਅਗਲਾ ਮਸ਼ੀਨ 'ਤੇ ਲਵੇ ਪਰ ਹੱਥਾਂ ਦੀ ਚਵਾਈ ਵਾਲਾ ਸੋਹਣਾ ਥਣ ਆ, ਮਿਲ ਕੇ ਬੇਣ ਬਹੁਤ ਸਟਰੋਂਗ ਆਉਂਦੀ ਆ। 28-29 ਕਿਲੋ ਦਾ ਰਿਕਾਰਡ ਰਿਹਾ ਪਹਿਲਣ ਦਾ। ਹਵਾਨਾ ਤੁਸੀਂ ਤਿਆਰ ਹੋਈ ਦੇਖ ਹੀ ਸਕਦੇ ਹੋ, ਅੱਗੇ ਪਿੱਛੇ ਦਾ ਹਵਾਨਾ ਪੂਰਾ। 4 ਕਿਲੋ ਬੋਲਾ ਆਪਾਂ 5 ਕੱਢਿਆ ਹੋਇਆ ਗਾ, ਤੋੜ ਕੇ ਦਿਖਾਵਾਂਗੇ, ਤੋੜ ਕੇ ਦਿਖਾ ਪੁੱਤ, ਵੀਡੀਓ ਦੇ ਐਂਡ ਤੱਕ ਬਣੇ ਰਹੋ। ਧਾਰਾਂ ਮਾਰ ਕੇ ਵੀ ਦਿਖਾਵਾਂਗੇ, ਕੋਈ ਮੇਰਾ ਵੀਰ ਔਨਲਾਈਨ ਮੰਗਾਉਂਦਾ ਗਾ ਤਾਂ ਥਣਾਂ ਦੀ ਆਪਾਂ ਪਾਸ ਕਰਕੇ ਦਿਖਾਵਾਂਗੇ। ਤਿਆਰ ਬਹੁਤ ਸੋਹਣੀ ਹੋਈ ਆ, ਤੁਸੀਂ ਦੇਖ ਸਕਦੇ ਹੋ, ਹਵਾਨੇ ਨੂੰ ਦੇਖ ਕੇ ਜੱਜ ਕਰ ਸਕਦੇ ਹੋ ਤੁਸੀਂ। ਕਹਿਣ ਨੂੰ ਤਾਂ ਚਾਹੇ ਆਪਾਂ 35 ਕਿਲੋ ਕਹੀ ਜਾਈਏ ਪਰ ਉਹ ਗੱਲਾਂ ਦਾ ਕੋਈ ਫਾਇਦਾ ਨਹੀਂ ਹੁੰਦਾ, ਜਿੰਨਾ ਦੁੱਧ ਦਿੱਤਾ ਗਾ ਉਨਾ ਆਪਾਂ ਤੁਹਾਨੂੰ ਦੱਸਤਾ ਵੀ 28-29 ਕਿਲੋ ਦੁੱਧ ਦਿੱਤਾ ਗਾ। ਐਤਕੀ ਚਾਹੇ ਤੁਸੀਂ 35 ਮੰਨ ਕੇ ਲੈ ਲਓ, ਚਾਹੇ 30 ਮੰਨ ਕੇ ਲੈ ਲਓ, ਤੁਹਾਡੀ ਸੇਵਾ ਗਾ, ਦੁੱਧ ਸੇਵਾ ਦਾ ਹੁੰਦਾ ਗਾ। ਦੇਖ ਸਕਦੇ ਹੋ ਤੁਸੀਂ ਬੈਡ ਦੇ ਕਰੈਕਟਰ, ਦੇਖ ਸਕਦੇ ਹੋ ਫੁੱਲ ਬਰੀਡ ਦੇ ਵਿੱਚ ਆ, ਕੱਦ ਕਾਠ ਲੰਬਾ ਉੱਚਾ ਲੰਬਾ ਵੱਡਾ ਕੱਦ ਕਾਠ ਐਂ ਤੌਰ 'ਤੇ ਪੁੱਤ। ਆ ਫੇਸ ਕੁਆਲਿਟੀ ਦੇਖ ਸਕਦੇ ਹੋ, ਲੈਂਥ ਚੈੱਕ ਕਰ ਸਕਦੇ ਹੋ, ਹਵਾਨਾ ਅੱਗੇ ਪਿੱਛੇ ਦਾ ਗਾ, ਦੁਬਾਰੇ ਫੇਰ ਪੁੱਤ ਹੁੰਦੇ ਨੂੰ ਅੰਦਰ ਰੁਕਵਾ ਦੇ ਇੱਕ ਵਾਰੀ। ਆ ਫੇਸ ਕੁਆਲਿਟੀ ਦੇਖ ਸਕਦੇ ਹੋ, ਪੂਰੀ ਹਾਈਟ ਵਾਲੀ ਅਤੇ ਲੈਂਥ ਵਾਲੀ ਬੱਸੀ ਆ, ਦੇਖ ਸਕਦੇ ਹੋ ਤੁਸੀਂ। ਹਵਾਨਾ ਫਿਰ ਦੇਖ ਸਕਦੇ ਹੋ ਤੁਸੀਂ, ਖੁੱਲ੍ਹਾ ਇਹਨੇ 30-32 ਕਿਲੋ ਖੁੱਲ੍ਹਾ ਦੁੱਧ ਪਾਉਣਾ ਗਾ, ਚਾਹੇ ਤੁਸੀਂ ਜਿੰਨਾ ਮਰਜ਼ੀ ਮੰਨ ਕੇ ਲੈ ਲਿਓ। 28-29 ਕਿਲੋ ਦਾ ਪਹਿਲਣ ਦਾ ਰਿਕਾਰਡ ਆ, ਥਣ ਬਹੁਤ ਸੋਹਣਾ, ਹੱਥੀ ਚਵਾਈ ਵਾਲਾ ਲੱਗਿਆ। ਸੋ ਕਈ ਵਾਰ ਵੀਰਾਂ ਦੀ ਡਿਮਾਂਡ ਹੁੰਦੀ ਆ ਵੀ ਆਪਾਂ ਹੱਥਾਂ ਚਵਾਈ ਵਾਲਾ ਸੋਹਣਾ ਥਣ ਲੈਣਾ ਗਾ ਚੰਗੇ ਦੁੱਧ ਵਾਲੀ, ਤਾਂ ਉਹਨਾਂ ਵੀਰਾਂ ਲਈ ਸੁਨਹਿਰੀ ਮੌਕਾ ਗਾ, ਤੁਸੀਂ ਹੱਥਾਂ ਦੀ ਚਵਾਈ ਵਾਲਾ ਸੋਹਣਾ ਥਣ ਲੱਗਿਆ ਵਾ, ਅਤੇ ਉਸ ਹਿਸਾਬ ਨਾਲ ਤੁਸੀਂ ਆਪਣੇ ਨੰਬਰਾਂ ਦਿੱਤੇ ਹੋਏ ਨੰਬਰਾਂ 'ਤੇ ਕੰਟੈਕਟ ਕਰਕੇ ਬੈਠ ਦੀ ਵੀਡੀਓ ਵਟਸਐਪ 'ਤੇ ਮੰਗਾ ਸਕਦੇ ਹੋ। ਅੰਦਰ ਨੂੰ ਤੋਰ ਨਹੀਂ ਪੁੱਤ, ਅੰਦਰ ਨੂੰ ਤੋਰ ਨਹੀਂ, ਵਟਸਐਪ 'ਤੇ ਵੀਡੀਓ ਮੰਗਾ ਸਕਦੇ ਹੋ, ਮੈਸੇਜ ਕਰਕੇ, ਅਤੇ ਇਹਦੀ ਡਿਟੇਲ ਹੋਰ ਜਿਹੜੀ ਚਾਹੀਦੀ ਆ ਉਹ ਤੁਸੀਂ ਲੈ ਸਕਦੇ ਹੋ। ਲਿਆ ਕਮਾਲ ਹਵਾਨਾ, ਕੰਪੈਕਟ ਆਡਰ ਆ ਪੂਰਾ, ਖੁੱਚਾਂ ਤੋਂ ਉੱਪਰ ਆ ਹਵਾਨਾ, ਜਿੰਨਾ ਵੀ ਹਵਾਨਾ ਤਿਆਰ ਕੀਤਾ ਹੋਇਆ ਖੁੱਚਾਂ ਤੋਂ ਉੱਪਰ ਆ, ਤੁਸੀਂ ਦੇਖ ਸਕਦੇ ਹੋ। ਲੈ ਚੱਲ ਪੁੱਤ ਬੱਚੇ ਕੋਲ ਲੈ ਚੱਲ, ਮੇਲ ਕਾਫ ਦਿੱਤਾ ਇਹਨੇ। ਮੱਲਾਂ ਨੂੰ ਘੁਮਾ ਘੁਮਾ ਕੇ ਲੱਤਾਂ ਤੁਰਦੀ ਹੈ ਕਿਉਂਕਿ ਹਵਾਨਾ ਬਹੁਤ ਜ਼ਬਰਦਸਤ ਆ, ਮੇਲ ਕਾਫ ਦਿੱਤਾ, ਬੰਨ ਲਾ ਪੁੱਤ। ਸੋ ਜੇਰ ਮੈਂ ਦੁਬਾਰੇ ਦਿਖਾਊਂਗਾ, ਜੇਰ ਪ੍ਰੋਪਰ ਪੈ ਚੁੱਕੀ ਆ, 4 ਘੰਟੇ ਪਹਿਲਾਂ ਡਿਲੀਵਰੀ ਹੋਈ ਆ। ਅੱਜ ਆਪਾਂ 21 ਅਕਤੂਬਰ ਨੂੰ ਵੀਡੀਓ ਕਵਰ ਕਰ ਰਹੇ ਹਾਂ ਆਪਣੇ ਫਾਰਮ ਤੋਂ ਪਿੰਡ ਕਲਾਲਾ ਜ਼ਿਲ੍ਹਾ ਬਰਨਾਲਾ ਸਿੱਧੂ ਡੇਅਰੀ ਫਾਰਮ ਕਲਾਲਾ, ਆਪਣੇ ਫਾਰਮ ਤੋਂ 21 ਅਕਤੂਬਰ ਨੂੰ ਵੀਡੀਓ ਕਵਰ ਕੀਤੀ ਹੈ ਇਹ ਪਿੰਡ ਕਲਾਲਾ ਜ਼ਿਲ੍ਹਾ ਬਰਨਾਲਾ। ਸੋ ਆਪਾਂ ਧਾਰਾਂ ਮਾਰ ਕੇ ਦਿਖਾਉਂਦੇ ਹਾਂ, ਬੱਚਾ ਲਾ ਕੇ ਤੁਹਾਨੂੰ ਧਾਰਾਂ ਮਾਰ ਕੇ ਦਿਖਾਵਾਂਗੇ। ਪੋਲੀ 'ਤੇ ਮੋਟੀ ਚਵਾਈ ਹੈ ਇਹਦੀ, ਮਾਰਦੇ ਪੁੱਤ ਧਾਰਾਂ। ਸੋ ਆਪਾਂ ਕਿਸਾਨ ਵੀਰੋ ਧਾਰਾਂ ਮਾਰ ਕੇ ਦਿਖਾਉਂਦੇ ਹਾਂ, ਤੁਸੀਂ ਦੇਖ ਸਕਦੇ ਹੋ ਆ ਧਾਰਾਂ ਚੈੱਕ ਕਰ ਸਕਦੇ ਹੋ ਅਗਲੇ ਥਣਾਂ ਦੀਆਂ, ਹੁਣ ਅਗਲੇ ਥਣਾਂ ਦੀ ਮਾਰ, ਆ ਪਿਛਲੇ ਥਣਾਂ ਦੀਆਂ ਧਾਰਾਂ ਚੈੱਕ ਕਰ ਸਕਦੇ ਹੋ, ਕਹਿੰਦੇ ਪੋਲੀ 'ਤੇ ਮੋਟੀ ਚਵਾਈ ਆ। ਸੋ ਆ ਪਿਛਲੇ ਥਣਾਂ ਦੀਆਂ ਧਾਰਾਂ ਮਾਰ ਕੇ ਦਿਖਾਉਂਦੇ ਹਾਂ, ਥੋੜ੍ਹੀਆਂ ਭਲਾਂ ਕਰਕੇ ਬੱਚੀ ਔਲ ਜੀ ਬਣਾਉਂਦੀ ਸੀ, ਸੋ ਨਿਆਣਾ ਪਾਇਆ ਆਪਾਂ। ਆ ਪਿਛਲੇ ਥਣਾਂ ਦੀਆਂ ਧਾਰਾਂ ਚੈੱਕ ਕਰ ਰਹੇ ਹਾਂ, ਪੋਲੀ 'ਤੇ ਮੋਟੀ, ਅਗਲੇ ਥਣਾਂ ਦੀਆਂ ਮਾਰ, ਥੋੜ੍ਹੇ ਅਗਲੇ ਥਣਾਂ ਦੀਆਂ ਮਾਰ,
ਓਲੀ ਅਤੇ ਮੋਤੀ ਚਵਾਈ ਆ ਜਿਹੜੇ ਅਗਲੇ ਥਾਣਾ ਦੀਆਂ। ਓਕੇ ਆ ਪੁੱਤ, ਓਕੇ ਆ, ਓਕੇ ਆ, ਖੋਲ੍ਹ ਦਿੰਦੇ ਹਾਂ। ਸੋ ਇੱਕ ਵਾਰੀ ਹੋਰ ਤੋਰਦੇ ਪੁੱਤ। ਸੋ ਜਿਹੜੇ ਮੇਰੇ ਵੀਰਾਂ ਨੂੰ ਇਹ ਬੈਡ ਪਸੰਦ ਹੋਈ, ਦਿੱਤੇ ਹੋਏ ਨੰਬਰਾਂ 'ਤੇ ਸੰਪਰਕ ਬਣਾ ਕੇ ਇਹਦੀ ਵੀਡੀਓ ਵਗੈਰਾ ਮੰਗਾ ਸਕਦੇ ਹੋ। ਤੁਹਾਨੂੂੰ ਧਾਰਾਂ ਮਾਰ ਕੇ ਦਿਖਾ ਦਿੱਤੀਆਂ, ਕੋਈ ਭੂਰ ਸਰਲਾ ਨਹੀਂ, ਚਾਰੇ ਥਣਾਂ ਦੀ ਪੋਲੀ ਅਤੇ ਮੋਟੀ ਚਵਾਈ ਆ। ਸੋ ਇੱਕ ਵਾਰ ਤੋਂ ਤੋਰਾ ਤੁਸੀਂ ਫੇਰ ਦੇਖ ਸਕਦੇ ਹੋ। ਇਹਦਾ ਪ੍ਰਾਈਸ ਜਿਹੜਾ ਫੋਨ 'ਤੇ ਕੀਤਾ, ਅੰਦਰ ਲੈ ਚੱਲ ਪੁੱਤ, ਅੰਦਰ ਲੈ ਚੱਲ, ਪ੍ਰਾਈਸ ਇਹਦਾ ਫੋਨ 'ਤੇ ਕੀਤਾ ਜਾਊਗਾ 30-32 ਕਿਲੋ ਖੁੱਲ੍ਹਾ ਦੁੱਧ ਨੇ ਬੈਡ ਪਾ ਦੇਣਾ, ਬੈਡ ਨੇ ਦੁੱਧ ਪਾ ਦੇਣਾ। ਬੰਦ ਆ ਪੁੱਤ, ਇੱਥੇ ਬੰਦ, ਇੱਥੇ ਬੱਚਾ ਲਿਆ। ਸੋ ਵੀਡੀਓ ਦੇਖਣ ਲਈ ਸਾਰੇ ਮੇਰੇ ਵੀਰਾਂ ਦਾ ਤਹਿ ਦਿਲ ਤੋਂ ਧੰਨਵਾਦ। ਜਲਦ ਮਿਲਦੇ ਹਾਂ ਕਿਸੇ ਨਵੀਂ ਵੀਡੀਓ ਨਾਲ। ਧੰਨਵਾਦ ਜੀ।